ਨਹੀਂ ਨਹੀਂ ਕਰਦੇ ਸਰ। ਸਤਿ ਸ਼੍ਰੀ ਅਕਾਲ ਵੀਰ ਜੀ, ਅੱਜ ਅਸੀਂ ਮੈਂ ਵੈਲਕਮ ਕੰਪਨੀ ਤੋਂ ਜਤਿੰਦਰ ਸਿੰਘ, ਰੀਜਨਲ ਮੈਨੇਜਰ ਪੰਜਾਬ, ਹਰਿਆਣਾ, ਜੰਮੂ ਅਤੇ ਹਿਮਾਚਲ ਪ੍ਰਦੇਸ਼। ਮੇਰੇ ਨਾਲ ਮੇਰੀ ਟੀਮ ਦੇ ਮੈਂਬਰ ਕੁਲਦੀਪ ਕੁਮਾਰ, ਗੁਰਜੰਟ ਸਿੰਘ ਵੀ ਮੌਜੂਦ ਨੇ। ਅੱਜ ਅਸੀਂ ਜਿਹੜੀ ਆਪਣੀ ਫੁੱਲ ਗੋਭੀ 764 ਸਰਦਾਰ ਕਮਲ ਜੀ ਸੋਹਣਾ ਦੇ ਖੇਤ ਪਿੰਡ ਤਲਵੰਡੀ ਰਾਮਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਲਗਵਾਈ ਆ, ਉਹਦੇ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਵੀ ਵਰਾਇਟੀ ਇਹਨਾਂ ਨੂੰ ਕਿਸ ਤਰ੍ਹਾਂ ਦੀ ਲੱਗੀ, ਔਰ ਇਹ ਜ਼ਿਮੀਂਦਾਰ ਭਰਾਵਾਂ ਨੂੰ ਵੀ ਰੂਬਰੂ ਵਰਾਇਟੀ ਬਾਰੇ ਦੱਸਣਗੇ। ਔਰ ਹੁਣ ਮੈਂ ਸਰਦਾਰ ਕਮਲਜੀਤ ਸਿੰਘ ਹੁਣਾਂ ਨੂੰ ਕਹਾਂਗਾ ਵੀ ਇਹ ਵਰਾਇਟੀ ਬਾਰੇ ਥੋੜ੍ਹਾ ਦੱਸਣ। ਅਤੇ ਮੈਂ ਦੱਸਦਿਆਂ ਵੀ ਸਰਦਾਰ ਕਮਲਜੀਤ ਸਿੰਘ ਹੁਣੀ ਇਹ ਕਾਫੀ ਦੇਰ ਤੋਂ ਗੋਭੀ ਦੀ ਖੇਤੀ ਕਰਦੇ ਆ, ਅਤੇ ਇਹ ਪਿੰਡ ਜਿਹੜਾ ਬਹੁਤ ਮਸ਼ਹੂਰ ਆ ਤਲਵੰਡੀ ਰਾਮਾ ਦਾ ਡੇਰਾ ਬਾਬਾ ਨਾਨਕ। ਸਾਡੇ ਨਾਲ ਡੇਰਾ ਬਾਬਾ ਨਾਨਕ ਤੋਂ ਵੀ ਜ਼ਿਮੀਂਦਾਰ ਸਰਦਾਰ ਜਸਬੀਰ ਸਿੰਘ ਸਾਬੀ ਭਾਅ ਜੀ ਨੇ ਮੌਜੂਦ ਨੇ, ਅਤੇ ਸਾਡੇ ਨਰਸਰੀ ਗਰੋਵਰ ਸਰਦਾਰ ਕੁਲਜਿੰਦਰ ਸਿੰਘ ਉਹ ਵੀ ਮੌਜੂਦ ਨੇ। ਅਤੇ ਮੈਂ ਸਰਦਾਰ ਕਮਲਜੀਤ ਸਿੰਘ ਹੁਣਾਂ ਨੂੰ ਕਹਾਂਗਾ ਵੀ ਇਹ ਗੋਭੀ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਉਣ, ਜ਼ਿਮੀਂਦਾਰ ਭਰਾਵਾਂ ਨੂੰ ਦੱਸਣ ਕਿ ਇਹਨਾਂ ਨੂੰ ਵਰਾਇਟੀ ਕਿਵੇਂ ਲੱਗੀ ਆ। ਇਹ 2 ਅਪ੍ਰੈਲ ਨੂੰ ਆਪਾਂ ਜਿਹੜੀ ਪੈਲੀ 'ਚ ਲਾਈ ਸੀ ਪਨੀਰੀ ਜਿਹੜੀ ਆ, ਹਾਂਜੀ, ਬਾਕੀ ਇਹਦੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ। ਮੈਂ ਬਹੁਤ ਵਧੀਆ ਰਿਜ਼ਲਟ ਆਏ ਆ, ਅਸੀਂ ਬੜੀ ਪੁਰਾਣੀ ਗੋਭੀ ਇਹੋ ਜਿਹੀ ਗੋਭੀ ਨਹੀਂ ਵੇਚੀ, ਸਿਆਲੀ ਗੋਭੀ ਨਾਲੋਂ ਵੀ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਨੇ, ਠੀਕ ਹੈ, ਫਿਰ ਵਜਨ ਵੀ ਪੂਰਾ ਆ। ਠੀਕ ਹੈ, ਹੋਰ ਤੁਹਾਨੂੰ ਇਹਦੇ ਵਿੱਚ ਕਮਲਜੀਤ ਭਾਅ ਜੀ ਕੀ ਖਾਸੀਅਤ ਲੱਗੀ ਜਿਹੜੀ ਮੰਡੀ ਵਿੱਚ ਤੁਸੀਂ ਕਿਹਾ ਵੀ ਜਿਸ ਤਰ੍ਹਾਂ ਤੁਹਾਨੂੰ ਉੱਥੇ ਮੰਡੀ ਕਰਨ ਵਾਲੇ ਕੀ? ਕੁੱਲੂ ਦੇ ਮੁਕਾਬਲੇ ਵੇਖਦੀ ਆ ਗੋਭੀ ਪੂਰੀ, ਹਾਂ, ਜਿੱਦਾਂ ਕੁੱਲੂ ਦੀ ਕੁੱਲੂ ਦੀ ਗਲ ਜਾਂਦੀ ਆ। ਅੱਛਾ, ਇਹ ਬਿਲਕੁਲ ਨਾ ਇਹਨੂੰ ਗਲਦਾ, ਜਿਸ ਤਰ੍ਹਾਂ ਤੁਹਾਨੂੰ ਥੋੜ੍ਹੀ ਜਿਹੀ ਬਰਸਾਤ ਨਾਲ ਥੋੜ੍ਹੀ ਜਿਹੀ ਪ੍ਰੋਬਲਮ ਆਈ ਆ, ਠੀਕ ਹੈ, ਬਾਕੀ ਉਦਾਂ ਬਿਲਕੁਲ ਠੀਕ ਹੈ, ਬਿਲਕੁਲ। ਜਿਸ ਤਰ੍ਹਾਂ ਆੜਤੀ ਤੁਹਾਨੂੰ ਕਹਿੰਦੇ ਵੀ ਇਹ ਪੇਟੀਆਂ 'ਚ ਪੈਕ ਕਰਕੇ ਲਿਆਓ, ਹਾਂ ਬਿਲਕੁਲ ਬਿਲਕੁਲ ਬਿਲਕੁਲ, ਕੁੱਲੂ ਤੋਂ ਵਧੀਆ ਸਾਫ਼ ਹੈ ਗੋਭੀ, ਸਾਫ਼ ਹੈ ਗੋਭੀ, ਵਜਨ ਪੂਰਾ ਕੱਢਦੀ, ਪੂਰੀ ਪੂਰਾ ਵਜਨ ਆ। ਕਿੰਨਾ ਵਜਨ ਕੱਢਿਆ ਹੋਊਗਾ ਇਹਨਾਂ ਨੇ? ਲਿਫਾਫਾ ਜਿਹੜਾ ਸਿਆਲ ਦੇ ਵਿੱਚ ਵੀ ਉਹ ਵੀ 25 ਕਿਲੋ ਦਾ ਹੁੰਦਾ ਆ, 2 ਕੁਇੰਟਲ ਕਿਲੇ ਦੀ ਹੁੰਦਾ, ਤੇ 25 ਕਿਲੋ ਹੁਣ ਵੀ ਨਿਕਲਦਾ ਆ 46 ਗੋਭੀ ਦੇ, 46 ਗੋਭੀ ਦੇ ਮੁਕਾਬਲੇ ਨਿਕਲਦੀ ਆ, ਨਿਕਲਦੀ ਪਈ ਆ, ਤੇ ਵਰਾਇਟੀ ਬਹੁਤ ਵਧੀਆ ਆ। ਹਾਂਜੀ, ਸਾਡੇ ਨਾਲ ਪਹਿਲੀ ਵਾਰੀ ਲਾਈ ਆ, ਬਹੁਤ ਆਪਦੀ ਆ ਵਰਾਇਟੀ ਜਿਹੜੀ ਆ, ਠੀਕ ਆ। ਇਹਦੇ ਨਾਲ ਦੀ ਨਾ ਸਾਡੇ ਕੋਈ ਵਿਗਾੜ ਸਾਡੇ ਨਾਲ ਹੁਣ ਜੋਗਾ ਭਾਈ ਨੇ, ਤੇ ਉਹ ਵੀ ਥੋੜਾ ਜਿਹਾ ਆਉਣਗੇ, ਉਹਨੂੰ ਵੀ ਦੱਸਣਗੇ ਵਰਾਇਟੀ ਬਾਰੇ ਕਿਵੇਂ ਲੱਗਾ। ਬਹੁਤ ਵਧੀਆ ਭਾਈ, ਬਹੁਤ ਵਧੀਆ। ਇੱਧਰ ਕੈਮਰਾ ਥੋੜਾ ਜਿਹਾ ਕਰਿਓ ਅੱਜ ਇੱਧਰ ਆ ਜਾ। ਜੋਗੇ ਭਾਈ ਦੱਸੋ ਤੁਹਾਨੂੰ ਕਿਵੇਂ ਵਰਾਇਟੀ ਲੱਗੀ ਹੈ? ਬਹੁਤ ਵਧੀਆ ਵਰਾਇਟੀ ਹੈ, ਮੰਡੀ ਤੋਂ ਸਭ ਤੋਂ ਪਹਿਲਾਂ ਹੀ ਵੇਖੀ। ਇਹ ਵੇਖੀ ਜੀ, ਠੀਕ ਹੈ, ਇਹ ਵੇਖੀ ਜੀ। ਔਰ ਸਾਡੇ ਨਾਲ ਸਾਬੀ ਭਾਈ ਨੇ ਡੇਰਾ ਬਾਬਾ ਨਾਨਕ ਤੋਂ, ਮੈਂ ਉਹਨਾਂ ਨੂੰ ਕਹਾਂਗਾ ਵੀ ਉਹ ਵੀ ਥੋੜ੍ਹੇ ਵਿਚਾਰ ਦੱਸਣੇ ਵੀ ਗੋਭੀ ਦੇ ਬੜੇ ਮਾਹਰ ਬੰਦੇ ਨੇ, 25-30 ਕਿਲੋ ਗੋਭੀ ਲਾਉਂਦੇ ਆ। ਸਾਬੀ ਭਾਈ ਤੁਹਾਨੂੰ ਕਿਵੇਂ ਲੱਗੀ ਵਰਾਇਟੀ? ਬਹੁਤ ਵਧੀਆ ਵਰਾਇਟੀ ਹੈ ਜੀ। ਹਾਂਜੀ, ਹਾਂ, 12-13 ਹੋ ਗਏ ਲਾਉਂਦਾ, ਇਹੋ ਜਿਹੀ ਵਰਾਇਟੀ ਕਦੀ ਵੇਖੀ? ਠੀਕ ਹੈ, ਇਹਨਾਂ ਦਾ ਬਹੁਤ ਵਧੀਆ ਰਿਹਾ, ਇੱਕ ਨੰਬਰ। ਅਤੇ ਜਸਬੀਰ ਭਾਜੀ ਤੁਹਾਨੂੰ ਕਿਵੇਂ ਲੱਗੀ ਵੀਰੇ? ਬਹੁਤ ਵਧੀਆ ਜੀ, ਵਧੀਆ, ਠੀਕ ਲੱਗੀ ਆ, ਠੀਕ ਠਾਕ। ਤੁਹਾਡਾ ਬੜਾ ਮੇਰੇ ਨਾਲ ਵਾਸਤਾ 22-23 ਸਾਲ ਤੋਂ, ਅਸੀਂ 1.5 ਕਿਲੋ ਹੈਪੀ ਲਾਈ, ਉਹ ਨਹੀਂ ਐਡੀ ਵਧੀਆ। ਨਹੀਂ ਭਾਜੀ, ਆਪਾਂ ਦੂਸਰੀ ਕੰਪਨੀ ਦਾ ਨਾਂ ਨਹੀਂ ਲੈਣਾ, ਠੀਕ ਆ, ਯਾਰ ਆਪਣੀ ਕੰਪਨੀ ਕਰਾਂਗੇ ਵੀ ਇਹ ਤੁਹਾਨੂੰ ਕਿਵੇਂ ਲੱਗੀ, ਠੀਕ ਹੈ। ਦੇਖੋ ਹਰ ਕੰਪਨੀ ਆਪਣੇ ਲਈ ਕਰਦੀ ਆ ਕੋਈ, ਠੀਕ ਹੈ ਨਾ, ਜੋ ਆ ਕੰਪਨੀ ਆਪਣੀ ਜਗ੍ਹਾ, ਅਸੀਂ ਆਪਣੀ ਜਗ੍ਹਾ ਕੰਮ ਕਰਨਾ, ਠੀਕ ਹੈ ਕਮਲ ਜੀ? ਬਿਲਕੁਲ ਬਿਲਕੁਲ, ਬਹੁਤ ਵਧੀਆ, ਬਹੁਤ ਵਧੀਆ। ਔਰ ਕੁਲਜਿੰਦਰ ਭਾਈ ਸਾਡੇ ਨਰਸਰੀ ਗਰੋਵਰ ਨੇ ਨੇੜੇ ਸਾਡੇ, ਉਹਨਾਂ ਨੂੰ ਪੁੱਛਾਂਗਾ ਵੀ ਉਹਨਾਂ ਨੂੰ ਵਰਾਇਟੀ ਕਿਵੇਂ ਲੱਗੀ, ਦੱਸੋ ਭਾਜੀ। ਬਹੁਤ ਵਧੀਆ ਵਰਾਇਟੀ ਲੱਗੀ ਵੈਸੇ, ਮਨ ਖੁਸ਼ ਹੋਇਆ ਵੀ ਠੀਕ ਵਰਾਇਟੀ ਵਧੀਆ। ਤੁਸੀਂ 2 ਪੈਕੇਟ ਟ੍ਰਾਇਲ ਵੀ ਲਾਏ, ਤੇ ਉਹ ਜਿਹੜੀ ਜ਼ਿਮੀਂਦਾਰ ਨੂੰ ਲਵਾਈ ਉਹ ਤੁਹਾਨੂੰ ਕੀ ਰਿਪੋਰਟ ਦੇ ਰਿਹਾ? ਰਿਪੋਰਟ ਉਹ ਤਾਂ ਪੁੱਛਿਆ ਨਹੀਂ ਉਹਨਾਂ ਨੂੰ ਇਹ। ਅੱਛਾ, ਤੇ ਤੁਸੀਂ ਪੁੱਛੋ ਥੋੜ੍ਹਾ ਜਿਹਾ ਵੀ ਇਹ 2 ਪੈਕੇਟ ਤੁਸੀਂ ਲਏ ਕਿਵੇਂ ਤੁਹਾਨੂੰ ਮਿਲਦੀ ਆ, ਆਪਾਂ ਤਾਂ ਹੀ ਅੱਗੇ ਇਹਨੂੰ ਵਰਾਇਟੀ ਨੂੰ ਵਧਾਈ। ਇਹ ਤਾਂ ਗੱਲ ਹੈ ਹੀ ਆ, ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਮੇਰੇ ਜ਼ਿਮੀਂਦਾਰ ਭਰਾਵਾਂ ਦਾ, ਜਿਨ੍ਹਾਂ ਕੀਮਤੀ ਸਮਾਂ ਕੱਢਿਆ ਸਾਡੇ ਵਿੱਚ ਪਹੁੰਚਿਆ, ਟੋਨੀ ਭਾਈ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹੜਾ ਪਲੌਟ ਜਿਹੜਾ ਸਕਸੈਸ ਕੀਤਾ, ਬਹੁਤ ਸੋਹਣੇ ਪਲੌਟ ਇਹਨਾਂ ਨੇ ਬੜੀ ਮਿਹਨਤ ਕੀਤੀ ਆ, ਔਰ ਮੈਂ ਇਹਨਾਂ ਨੂੰ ਇਸ ਗੱਲ ਦਾ ਵਧਾਈ ਦਾ ਪਾਤਰ ਨੇ ਕਮਜੀਤ ਭਾਅ ਜੀ, ਬਹੁਤ ਬਹੁਤ ਔਰ ਤਰੱਕੀਆਂ ਬਖਸ਼ਣੇ ਇਹਨਾਂ ਨੂੰ, ਬਹੁਤ ਬਹੁਤ ਧੰਨਵਾਦ ਵੀਰ ਜੀ। ਇਹ ਵੀ ਖਲਸੀਆਂ ਵਾਲਿਆਂ ਨੂੰ ਵੀ ਦਿੱਤਾ ਵਾ? ਨਹੀਂ।